ਸਿੱਖਾਂ ਦੇ ਦੂਜੇ ਗੁਰੂ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਜੀ ਦੀ ਜਨਮ ਤਿਥੀ 31 ਮਾਰ 1504 ਈਸਵੀ ਆਪ ਜੀ ਦਾ ਜਨਮ ਸਥਾਨ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਆਪ ਜੀ ਦੇ ਪਿਤਾ ਦਾ ਨਾਮ ਪਾਈ ਫੈਰੂ ਮਲ ਜੀ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਦਇਆ ਕੌਰ ਜੀ ਆਪ ਜੀ ਦੀ ਪਤਨੀ ਦਾ ਨਾਮ ਬੀਬੀ ਖੀਵੀ ਆਪ ਜੀ ਦੇ ਚਾਰ ਬੱਚੇ ਸੀ ਬਾਬਾ ਦਾਸੂ ਬਾਬਾ ਦੱਤੂ ਬੀਬੀ ਅਮਰੋਤ ਬੀਬੀ ਅਨੋਖੀ 1539 ਈਸਵੀ ਵਿੱਚ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਤੇ ਵਿਰਾਸਤਨ ਕੀਤਾ ਆਪ ਜੀ ਨੇ ਬਾਣੀਆਂ ਲਿਖੀਆਂ ਜਿਦੇ ਵਿੱਚ 63 ਭਜਨ ਸ਼ਲੋਕ ਦੇ ਰੂਪ ਵਿੱਚ ਹੈ ਉਸ ਕਾਲ ਵਿੱਚ ਹਮਾਇੂ ਤੇ ਸ਼ੇਸ਼ਾ ਸੂਰੀ ਦਾ ਰਾਜ ਸੀ ਆਪ ਜੀ ਦਾ ਮੁਖੂਦੇ ਸੀ ਕਿ ਨਿਸਵਾਰ ਸੇਵਾ ਕਰਨਾ ਪਰਮਾਤਮਾ ਦੇ ਪ੍ਰਤੀ ਸਮਰਪਣ ਰੱਖਣਾ ਤੇ ਪਖੰਡ ਤੇ ਪ੍ਰਦਰਸ਼ਨਕਾਰੀਆਂ ਤੋਂ ਦੂਰ ਰਹਿਣਾ ਆਪ ਜੀ ਦਾ ਵਿਸ਼ੇਸ਼ ਯੋਗਦਾਨ ਜਿਸ ਵਿੱਚ ਆਪ ਜੀ ਨੇ ਗੁਰਨਾਣ ਦੇਵ ਜੀ ਦੀ ਜੀਵਨੀ ਬਾਰੇ ਦੱਸਿਆ ਜਿਸ ਨੂੰ ਬਾਲੇ ਦੀ ਜੀਵਨ ਸਾਥੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਆਪ ਜੀ ਨੇ ਖਰੂਰ ਸਾਹਿਬ ਵਿੱਚ ਇੱਕ ਸਕੂਲ ਖੋਲਿਆ ਜਿਦੇ ਵਿੱਚ ਆਪ ਜੀ ਨੇ ਗੁਰਮੁਖੀ ਲਿਪੀ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਆਪ ਜੀ ਨੇ ਖੇਡ ਕੋਰਟ ਤੇ ਕੁਸ਼ਤੀ ਨੂੰ ਵੀ ਬੜਾਵਾ ਦਿੱਤਾ ਆਪ ਜੀ 29 ਮਾਰਚ 1552 ਇਸਵੀ ਵਿੱਚ ਖਰੂਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ